ਮਹਾਨ ਜਰਨੈਲ ਜੱਸਾ ਸਿੰਘ ਆਲੂਵਾਲੀਆ ਦੇ 300 ਸਾਲਾ ਜਨਮ ਦਿਵਸ ਮੌਕੇ ਸਜਾਏ ਗਏ ਨਗਰ ਕੀਰਤਨ ਦਾ ਸਵਾਗਤ ਕਰਨ ਤੇ ਸੰਗਤ ਲਈ ਲੰਗਰ ਵਿੱਚ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਦਾ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਦਰਬਾਰਾ ਸਿੰਘ ਗੁਰੂ, ਸਵਰਨ ਸਿੰਘ ਚਨਾਰਥਲ, ਬੀਬੀ ਮਨਪ੍ਰੀਤ ਕੌਰ ਹੁੰਦਲ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਮਹਾਨ ਸ਼ਹੀਦਾਂ ਦੀ ਧਰਤੀ ਹੈ ਅਤੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੀ ਰਾਖੀ ਲਈ ਲੱਖਾਂ ਹੀ ਸ਼ਹਾਦਤਾਂ ਹੋਈਆਂ ਹਨ, ਜਿਨ੍ਹਾਂ ਨੂੰ ਯਾਦ ਕਰਨਾ ਸਾਡੀ ਕੌਮ ਲਈ ਫਖਰ ਵਾਲੀ ਗੱਲ ਹੈ, ਕਿਉਂਕਿ ਇਹਨਾਂ ਨਗਰ ਕੀਰਤਨਾਂ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਇਤਿਹਾਸ ਤੇ ਪੰਜਾਬ ਦੀ ਵਿਰਾਸਤ ਬਾਰੇ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਵੱਧ ਚੜ ਕੇ ਲੰਗਰ ਲਗਾਉਣ ਵਿੱਚ ਆਪਣਾ ਆਪਣਾ ਯੋਗਦਾਨ ਪਾਉਂਦੀਆਂ ਹਨ। ਬਹੁਤ ਮੱਲਾਂ ਮਾਰੀਆਂ, ਉਹਨਾਂ ਦਾ ਰਾਤੀ ਪੜਾ ਨਗਰ ਕੀਰਤਨ ਦਾ, ਜੋ 300 ਸਾਲਾ ਉਹਨਾਂ ਦਾ ਜਨਮ ਰਾਤੀ, ਸ਼੍ਰੋਮਣੀ ਕਮੇਟੀ, ਦਿੱਲੀ ਮੈਨੇਜਮੈਂਟ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਮਨਾ ਰਿਹਾ ਹੈ। ਅੱਜ ਫਤਿਹਗੜ੍ਹ ਸਾਹਿਬ ਤੋਂ 11 ਵਜੇ ਤੋਂ ਨਗਰ ਕੀਰਤਨ ਉਹਨਾਂ ਦਾ ਸ਼ੁਰੂ ਹੋਇਆ ਔਰ ਸਰਹੰਦ ਜੀ ਨੂੰ, ਸਰਹੰਦ ਸ਼ਹਿਰ ਦੇ ਪੜਾਵਾਂ ਅਨੁਸਾਰ ਮਾਧੋਪੁਰ, ਕਰੌੜਾ, ਰੁੜਕੀ, ਚਖਵਾਲੀ ਔਰ ਵਾਗੜੀਆਂ ਮੰਡੀ ਦੇ ਵਿੱਚ ਆ ਕੇ ਜੋ ਜ਼ਿਲ੍ਹੇ ਦੀ ਫਤਿਹਗੜ੍ਹ ਸਾਹਿਬ ਦੀ ਹੱਦ ਹੈ, ਇੱਥੇ ਤੱਕ ਅਕਾਲੀ ਜਥਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਨਾਲ ਭਰਪੂਰ ਸਵਾਗਤ ਕੀਤਾ ਗਿਆ ਨਗਰ ਕੀਰਤਨ ਦਾ, ਉਸ ਮਹਾਨ ਜਰਨੈਲ ਦਾ, ਔਰ ਸੰਗਤਾਂ 'ਚ ਬਹੁਤ ਉਤਸ਼ਾਹ ਪਾਇਆ ਗਿਆ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ, ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦਾ, ਮੈਂ ਜ਼ਿਲ੍ਹਾ ਜਥੇਬੰਦੀ ਦੇ ਸਾਰੇ ਅਹੁਦੇਦਾਰਾਂ ਦਾ, ਸਾਰੇ ਪ੍ਰਮੁੱਖ ਸੱਜਣਾਂ ਦਾ, ਇਲਾਕਾ ਨਿਵਾਸੀਆਂ ਦਾ ਔਰ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਥੱਲੇ ਬਾਬਾ ਜੱਸਾ ਸਿੰਘ ਆਲੂਵਾਲੀਆ ਸਾਹਿਬ ਦੀ ਕੌਮ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ, ਉਹਨਾਂ ਦੀ ਬਹੁਤ ਵਿਲੱਖਣ ਯੋਗਦਾਨ ਨੂੰ ਦੇਖਦੇ ਹੋਏ, ਇਹ ਅੰਮ੍ਰਿਤਸਰ ਸਾਹਿਬ ਤੋਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਲੀ ਵਾਸਤੇ ਰਵਾਨਾ ਹੋਇਆ। ਅੱਜ ਦੂਜਾ ਆਪਣਾ ਫਤਿਹਗੜ੍ਹ ਸਾਹਿਬ ਸੀਗਾ, ਜਿਹਦੇ ਵਿੱਚ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਵਿੱਚ 8-10 ਜਗ੍ਹਾ 'ਤੇ ਪ੍ਰੋਗਰਾਮ ਸੀ, ਔਰ ਸਾਰੇ ਪਿੰਡਾਂ ਦੇ ਵਿੱਚ ਮਾਧੋਪੁਰ ਔਰ ਜਿਹੜਾ ਖਰੌੜਾ, ਖਰੌੜੀ, ਆਪਣਾ ਚੌਰ ਵਾਲਾ, ਰੁੜਕੀ, ਨੌ ਲੱਖਾ, ਜਖਵਾਲੀ ਔਰ ਆਖਰੀ ਫਤਿਹਗੜ੍ਹ ਸਾਹਿਬ ਦਾ ਜਿਹੜਾ ਪ੍ਰਬੰਧ ਸੀਗਾ ਉਹ ਦਾਣਾ ਮੰਡੀ ਅਨੰਦਪੁਰ ਖੇਸ਼ੋ ਸੀ। ਇਹ ਲਾਸਟ ਪੁਆਇੰਟ ਦੇ ਉੱਤੇ ਅਸੀਂ ਸਵਾਗਤ ਕਰਕੇ ਹੁਣ ਵਾਪਸ ਚੱਲੇ ਹਾਂ, ਔਰ ਮੈਂ ਇੰਨਾ ਉਤਸ਼ਾਹ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ ਸੰਗਤਾਂ ਦੇ ਵਿੱਚ, ਜਿਹੜਾ ਮਾਣ ਅਤੇ ਸਤਿਕਾਰ 300 ਸਾਲਾ ਜਨਮ ਸਤਾਪ ਜੀ ਨੂੰ ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ, ਬਾਬਾ ਬਲਵੀਰ ਸਿੰਘ ਜੀ ਔਰ ਸਮੁੱਚਾ ਸਿੱਖ ਜਗਤ ਬੜੇ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਔਰ ਨਗਰ ਕੀਰਤਨ ਦਾ ਖਾਸਾ ਸਵਾਗਤ ਹੋ ਰਿਹਾ। ਮੈਂ ਆਈਆਂ ਹੋਈਆਂ ਸੰਗਤਾਂ ਦਾ, ਜਿਨ੍ਹਾਂ ਨੇ ਛਬੀਲਾਂ ਲਾਈਆਂ, ਵੱਖ ਵੱਖ ਤਰ੍ਹਾਂ ਦੇ ਪਦਾਰਥਾਂ ਨਾਲ ਸੰਗਤਾਂ ਨੂੰ ਜਿਹੜਾ ਉਹ ਛਕਾਇਆ ਔਰ ਸਰੋ ਪਾਓ ਪਾ ਕੇ ਨਿਸ਼ਾਨ ਸਿੰਘ ਸਿੰਘਾਂ ਦਾ, ਪੰਜ ਪਿਆਰਿਆਂ ਦਾ ਔਰ ਜਿਹੜੇ ਗੱਡੀ ਦੇ ਨੂੰ ਚਲਾਉਣ ਵਾਲੇ ਸਿੰਘ ਨੇ ਉਹਨਾਂ ਦਾ ਸਵਾਗਤ, ਔਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਾਬੇ ਬੈਠੇ ਸਿੰਘਾਂ ਦਾ ਸਵਾਗਤ ਬੜੀ ਸ਼ਰਧਾ ਭਾਵਨਾ ਨਾਲ ਕੀਤਾ। ਸੱਚੇ ਪਾਤਸ਼ਾਹ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਿੱਖੀ ਨੂੰ ਪ੍ਰਫੁੱਲਿਤ ਕਰਨ, ਸਿੱਖੀ ਦਾ ਬੂਟਾ ਦੂਣ ਸਵਾਇਆ, ਦਿਨ ਰਾਤ ਦੁੱਗਣੀ ਚੁੱਗਣੀ ਤਰੱਕੀਆਂ ਕਰੇ ਔਰ ਸਿੱਖ ਕੌਮ ਨੂੰ ਏਕਤਾ ਇਤਫਾਕ ਬਖਸ਼ੇ। ਇਹਨਾਂ ਸ਼ਬਦਾਂ ਦੇ ਨਾਲ ਸਮੁੱਚੀ ਸੰਗਤ ਦਾ ਇਹ ਫੈਸਲਾ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਕੈਮਰਾਮੈਨ ਹਰਵਿੰਦਰ ਮੰਗਾ ਦੇ ਨਾਲ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।